ਹਲਕਾ ਖੇਮਕਰਨ ਵਿਖੇ ਇੱਕ ਨੌਜਵਾਨ ਦੀ ਭੇਦਭਰ ਹਾਲਾਤਾਂ 'ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਾਰਾ ਸਿੰਘ ਵਾਸੀ ਪਿੰਡ ਜੋਤ ਸਿੰਘ ਵਾਲਾ ਜੋ ਕਿ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਕਾਰਨ ਹੀ ਉਸਦੀ ਮੌਤ ਹੋਈ ਹੈ। ਪਰ ਕੁਝ ਦੇਰ ਬਾਅਦ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਮਾਤਾ ਬੀਰੋ ਪਤਨੀ ਬਾਰਾ ਸਿੰਘ ਨੇ ਆ ਕੇ ਇਹ ਰੌਲਾ ਪਾਇਆ ਕਿ ਉਸਦਾ ਪੁੱਤਰ ਨਸ਼ਾ ਤਾਂ ਜ਼ਰੂਰ ਕਰਦਾ ਸੀ ਪਰ ਇਸਦਾ ਕਤਲ ਹੋਇਆ ਹੈ। ਤਾਂ ਥਾਣਾ ਵਲਟੋਹਾ ਪੁਲਿਸ ਨੇ ਆਪਣੀ ਛਾਣਬੀਨ ਸ਼ੁਰੂ ਕਰਦਿਆਂ ਕੁਝ ਦੇਰ ਬਾਅਦ ਹੀ ਇਹ ਪਤਾ ਕਰ ਲਿਆ ਕਿ ਗੁਰਪ੍ਰੀਤ ਸਿੰਘ ਦੇ ਮਾਸੜ ਨੇ ਹੀ ਉਸਦਾ ਕਤਲ ਕੀਤਾ ਹੈ। ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਸ਼ਮਸ਼ਾਨ ਘਾਟ ਦੇ ਨਜ਼ਦੀਕ ਸੁੱਟ ਦਿੱਤਾ ਅਤੇ ਰੌਲਾ ਪਾ ਦਿੱਤਾ ਕਿ ਗੁਰਪ੍ਰੀਤ ਸਿੰਘ ਦੀ ਮੌਤ ਨਸ਼ੇ ਨਾਲ ਹੋਈ ਹੈ। ਇਸ ਕਤਲ ਦੀ ਵਜ੍ਹਾ ਦੀ ਪੁਸ਼ਟੀ ਕਰਦਿਆਂ ਸਬ ਡਿਵੀਜ਼ਨ ਭਿੱਖੀਵਿੰਡ ਦੇ DSP ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਆਪਣੀ ਮਾਮੀ ਬਲਜੀਤ ਕੌਰ ਨਾਲ ਨਜਾਇਜ਼ ਸੰਬੰਧ ਬਣ ਗਏ ਸਨ, ਜਿਸ ਕਰਕੇ ਗੁਰਪ੍ਰੀਤ ਸਿੰਘ ਦਾ ਮਾਸੜ ਪੂਰਨ ਸਿੰਘ ਪੁੱਤਰ ਹਜ਼ਾਰਾ ਸਿੰਘ ਉਸ ਨਾਲ ਰੰਜਿਸ਼ ਰੱਖਦਾ ਸੀ ਅਤੇ ਬੀਤੀ ਰਾਤ ਗੁਰਪ੍ਰੀਤ ਸਿੰਘ ਆਪਣੀ ਮਾਮੀ ਬਲਜੀਤ ਕੌਰ ਨੂੰ ਮਿਲਣ ਉਸਦੇ ਘਰ ਆਇਆ ਸੀ ਅਤੇ ਉੱਥੇ ਮੌਜੂਦ ਗੁਰਪ੍ਰੀਤ ਸਿੰਘ ਦੇ ਮਾਸੜ ਪੂਰਨ ਸਿੰਘ ਅਤੇ ਬਲਜੀਤ ਕੌਰ ਨੇ ਰਲ ਕੇ ਉਸਦਾ ਕਤਲ ਕਰ ਦਿੱਤਾ। ਸਾਡੇ ASC ਸਤਨਾਮ ਸਿੰਘ ਜੀ ਅੱਜ ਥਾਣੇ ਬਲਟੋਏ ਹਾਜ਼ਰ ਸੀ। ਉਹਨਾਂ ਨੂੰ ਇਤਲਾਹ ਮਿਲੀ ਕਿ ਗੁਰਪ੍ਰੀਤ ਸਿੰਘ ਗੋਪੀ ਹੈ ਜਿਹੜਾ ਜੋਤ ਸਿੰਘ ਵਾਲੇ ਰਹਿਣ ਵਾਲਾ ਹੈ, ਉਹਦੀ ਜਿਹੜੀ ਲਾਸ਼ ਹੈਗੀ ਆ ਉਹ ਨਜ਼ਦੀਕ ਮੜੀਆਂ ਨੇ ਉਹਨਾਂ ਟੋਇਆ ਟਿੱਬਿਆਂ 'ਚ ਪਈ ਹੋਈ ਹੈ। ਇਹਨੇ ਜਾ ਕੇ ਮੌਕੇ 'ਤੇ ਉੱਥੇ ਗਿਆ, ਉੱਥੇ ਜਿਹੜੀ ਬੀਬੀ ਜੀਤੋ ਹੈਗੀ ਹੈ ਜਿਹੜੀ ਜਿਹੜਾ ਮਰਨ ਵਾਲੀ ਮਾਂ ਉੱਥੇ ਮਲੱਕੀ ਹੋਈ ਹੈ, ਉਹਨੇ ਆ ਕੇ ਦੱਸਿਆ ਵੀ ਮੇਰੇ ਮੁੰਡੇ ਦੇ ਜਿਹੜੇ ਹੈਗੇ ਆਪਣੀ ਮਾਮੀ ਜਿਹੜੀ ਬਲਜੀਤ ਕੌਰ ਹੈਗੀ ਆ ਉਹਦੇ ਨਾਲ ਨਜਾਇਜ਼ ਸੰਬੰਧੀ ਇਹ ਉਹਨਾਂ ਦੇ ਘਰ ਆਉਂਦਾ ਜਾਂਦਾ ਹੁੰਦਾ ਸੀ। ਕਈ ਵਾਰੀ ਪੰਚਾਇਤੀ ਫੈਸਲੇ ਹੋਏ ਸਨ ਪਰ ਮੁੰਡਾ ਮੇਰਾ ਨੇ ਹਟਿਆ ਨਹੀਂ, ਉੱਥੇ ਆਉਂਦਾ ਜਾਂਦਾ ਸੀ। ਉਹਦਾ ਜਿਹੜਾ ਬਲਜੀਤ ਕੌਰ ਦਾ ਜਿਹੜਾ ਹੈਗਾ ਇਹ ਉਹਦੇ ਘਰ ਦਾ ਸਾਡੂ ਜਿਹੜਾ ਇਹ ਪੂਰਨ ਸਿੰਘ ਉਹ ਵੀ ਬਲਟੋਏ ਦਾ ਰਹਿਣ ਵਾਲਾ ਸੀ, ਉਹ ਇਸ ਗੱਲ 'ਤੇ ਖਿੜਖਾਉਂਦਾ ਸੀ ਕਿ ਉਹ ਇੱਥੇ ਕਿਉਂ ਆਉਂਦਾ। ਉਹਦੇ ਬਿਆਨ ਮੁਤਾਬਕ ਉਹਨਾਂ ਨੇ ਬਲਜੀਤ ਕੌਰ ਨੇ ਅਤੇ ਪੂਰਨ ਸਿੰਘ ਨੇ ਉਹਦੇ ਮੁੰਡੇ ਦਾ ਕਤਲ ਕਰਕੇ ਉਹਦੀ ਲਾਸ਼ ਜਿਹੜੀ ਖੁਰਦ ਬੁਰਦ ਦੀ ਨੀਅਤ ਨਾਲ ਖਤਾਨਾ 'ਚ ਸੁੱਟੀ ਹੋਈ ਹੈ। ਅਸੀਂ ਉਹਨਾਂ ਦੇ ਜੀਤੋ ਦੇ ਬਿਆਨ 'ਤੇ FIR ਲੌਂਚ ਕਰ ਲਈ ਹੈ ਮਰਡਰ ਦੀ ਅਤੇ ਉਹਦੀ ਅੱਗੇ ਇਨਵੈਸਟੀਗੇਸ਼ਨ ਫਰਦ ਕਰ ਰਹੇ। ਉਹਦੇ ਵਿੱਚ ਹਲੇ ਨੂੰ ਕੋ ਜ਼ਿਆਦਾ ਤੌਰ 'ਤੇ ਇੱਕ ਦੋ ਉਹਦੀਆਂ ਇੰਜਰੀਜ਼ ਉਹਦੀ ਬੋਡੀ 'ਤੇ ਆਈਆਂ ਨੇ ਪਰ ਉਹ ਦੇਖਾਂਗੇ, ਸਾਰੇ ਤੱਥ ਸਾਹਮਣੇ ਲਿਆਵਾਂਗੇ ਵੀ ਵਾਕਈ ਉਹਦਾ ਮਰਡਰ ਹੋਇਆ ਜਾਂ ਕਿਸੇ ਹੋਰ ਵਜ੍ਹਾ ਕਰਕੇ ਹੋਇਆ, ਇਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੂਗਾ। ਮੈਨੂੰ ਗੱਲ ਦਾ ਪਤਾ ਹੀ ਨਹੀਂ, ਇਹਦੀ ਜਥਾੜੀ ਆ ਉਹਨੇ ਸਾਰ ਭਾਲੀ ਇਹਨੂੰ ਖਾ ਛੱਡਿਆ ਆ, ਹੁਣ ਖਾ ਚੱਟ ਕੇ ਅਤੇ ਹੁਣ ਇਹਨੂੰ ਆਹ ਕੰਮ ਇਹਨਾਂ ਕਰਤਾ। ਪੂਰਨਮੀ ਦੇ ਕੋਲ ਆ ਕੇ ਆਇਆ ਇਹ ਮੁੰਡਾ, ਤੇਰਾ ਹੁਣ ਸੁੱਕਾ ਨਹੀਂ ਘਰੇ ਮੁੜ ਸਕਦਾ, ਮਰੇ ਨਹੀਂ ਚੁੱਕ ਕੇ ਜਾਣਗੇ ਉਹ ਕਰਦੇ ਨੇ ਕਰ ਦਿੱਤੀ ਮੇਰੇ ਨਾਲ, ਇਹਦਾ ਕਦਰ ਕੀਤਾ ਹੋਊਗਾ ਕਿਹੜਾ ਇਹਨਾਂ ਨੇ ਫੋਨ ਇਹਨਾਂ ਕਰ ਦਿੱਤੇ ਇੱਥੋਂ ਤਾਂ ਸਾਨੂੰ। ਮੈਂ ਤਾਂ ਆਟਾ ਗੁੰਨਣ ਡਈ ਹਾਂ, ਆਟਾ ਗੁੰਨਦੀ ਗੁੰਜੀ, ਮੈਂ ਤਾਂ ਰਾਤ ਜੀ ਕਿਤੇ ਮਰਨ ਡਈ ਹਾਂ। ਇਹਨਾਂ ਨੇ ਆਖਿਆ ਛੱਪੜ 'ਚ ਡਿੱਗਾ, ਹੁਣ ਮੈਨੂੰ ਨਹੀਂ ਪਤਾ ਛੱਪੜ 'ਚ ਡਿੱਗਾ ਤਾਂ ਕਿਸ ਤਰ੍ਹਾਂ ਨਹੀਂ। ਤੁਹਾਡਾ ਜੀ ਨਿਸ਼ਾਂਤ ਸਿੰਘ ਸਰ, ਕੀ ਨਾਮ ਮੁੰਡੇ ਦਾ ਜੀ ਦੀ ਡੈਥ ਹੋਈ ਹੈ? ਮਾਮੀ ਮੂਮੀ ਦਾ ਚੱਕਰ ਹੈ ਕੋਈ ਇਹਨਾਂ ਦੀ ਦਾ, ਅਤੇ ਵਾਹਵਾ ਜੀ ਇੱਦਾਂ ਪਹਿਲਾਂ 2-3 ਸਾਲ ਇੱਥੇ ਸਰਵ ਕਰਦਾ ਰਿਹਾ ਇਹਦੇ ਨਾਲ, ਇੱਥੇ ਜੱਟਾਂ ਜਿਮੀਦਾਰਾਂ ਨਾਲ ਲੱਗਾ ਰਿਹਾ, ਅਤੇ ਇਹਨਾਂ ਦੀ ਮਾਮੀ ਨਾਲ ਚੱਕਰ ਇੱਥੇ ਪੈ ਗਿਆ ਕੋਈ, ਅਤੇ ਇੱਥੇ ਵਾਹਵਾ ਜੀ ਇੱਦਾਂ ਮੁੜ ਕੇ ਇਸ ਤਰ੍ਹਾਂ ਹੀ ਰਹਿੰਦਾ ਰਹਿੰਦਾ ਰਿਹਾ, ਪੈਸੇ ਪੂਸੇ ਦਿੰਦਾ ਰਿਹਾ ਇਹਨਾਂ ਨੂੰ, ਨਯਾ ਨੂੰ ਜਾਂ ਗੋਲੀਆਂ ਗਾਲੀਆਂ 2-4 ਟਰਮਡੋਲ ਖਾਂਦਾ, ਹੋਰ ਤਾਂ ਕੋਈ ਨਹੀਂ ਕਰਦਾ ਨਾ। ਉਹ ਕੀਤਾ ਕਿ ਇਹਨੇ ਇੱਥੋਂ ਫੋਨ ਕਰਕੇ ਦੱਸਿਆ ਵੀ ਇਸ ਤਰ੍ਹਾਂ ਉਹਦੇ ਮੁੰਡੇ ਡੈਥ ਹੋ ਗਈ, ਇਹਨੂੰ ਛੱਪੜ 'ਚ ਡੋਬ ਕੇ ਮਾਰਿਆ। ਇਹ ਨਸ਼ਾ ਬਹੁਤ ਜ਼ਿਆਦਾ ਕਰਦਾ ਸੀ, ਦਿਨੇ ਵੀ ਸ਼ਰਾਬ ਪੀਤੀ ਜਾਂਦਾ ਸੀ ਤਾਂ ਨਸ਼ਾ ਖਾਈ ਜਾਂਦਾ ਸੀ, ਰਾਤ ਨੂੰ ਵੀ ਗਲੀਆਂ 'ਚ ਤੁਰਿਆ ਫਿਰਦਾ ਰਹਿੰਦਾ। ਬੜੀ ਵਾਰੀ ਇਹਨਾਂ ਦਾ ਫੈਸਲਾ ਕਰਾਇਆ ਸੀ ਅਤੇ ਬੜੀ ਵਾਰੀ ਇਹਨੂੰ ਸਮਝਾਇਆ ਸੀ ਪਰ ਇਹ ਨਹੀਂ ਹਟਿਆ। ਇਹਦੇ ਤੋਂ ਬਾਅਦ ਤਾਂ ਨਸ਼ੇ ਨਾਲ ਹੀ ਹੋਈ, ਇਹ ਨਸ਼ਾ ਹੀ ਜ਼ਿਆਦਾ ਕਰਦਾ ਰਿਹਾ, ਬੇਸਤਾ ਹੀ ਨਸ਼ਾ। ਇੱਥੇ ਗਲੀਆਂ ਦੇ ਵਿੱਚ ਵੀ ਇਹਨੂੰ ਵੇਖੀਦਾ, ਇਹਨਾਂ ਨਸ਼ਾ ਹੀ ਜ਼ਿਆਦਾ ਇਹਨੇ ਕੀਤਾ, ਕੁਝ ਬਿਲਕੁਲ ਹੀ ਨਜਾਇਜ਼ ਆ। ਇਹ ਤਾਂ ਲਾਗ ਡਾਕਟ ਨਾਲ ਹੋ ਰਿਹਾ, ਜੋ ਵੀ ਹੋ ਰਿਹਾ ਬਿਲਕੁਲ ਗਲਤ ਹੋ ਰਿਹਾ। ਡੈਥ ਕਿਸ ਤਰ੍ਹਾਂ ਹੋਈ ਇਹਦੀ? ਹਾਂਜੀ, ਡੈਥ ਵਾਰ ਨਸ਼ੇ ਨਾਲ ਹੀ ਹੋ ਗਈ ਇਹਦੀ। ਜਾਗਰਤੀ ਲੈ ਲਈ ਭਿੱਖੀਵਿੰਡ ਤੋਂ ਹਰਮਨ ਵਾਹ ਦੀ ਰਿਪੋਰਟ।